ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖਣ ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਬਾਜ਼ਾਰ ਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 087876196625 ਸੋਡੇ ਕੋਲੇ ਕੋਈ ਵੀ ਖੇਤੀਬਾੜੀ ਵਾਲਾ ਸੰਦ ਜਾਂ ਕੋਈ ਟਰੈਕਟਰ ਟਰਾਲੀ ਕਾਰ ਜੀਪ ਗੱਡੀ ਜ਼ਮੀਨ ਪਲਾਟ ਕੋਠੀ ਬਕਾਊ ਹੈ ਉਸ ਦੀ ਐਡ ਆਪਣੇ ਚੈਨਲ ਟਰੈਕਟਰ ਬਾਜ਼ਾਰ ਤੇ ਲਵਾਉਣਾ ਚਾਹੁੰਦੇ ਹੋ ਉਸ ਦੀ ਆ 506 ਫੋਟੋਆਂ ਅਤੇ ਬਾਕੀ ਬਣਦੀ ਜਾਣਕਾਰੀ ਸਾਡੇ ਇਸੇ ਨੰਬਰ ਤੇ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਲਵਾ ਸਕਦੇ ਹੋ ਕਿਸੇ ਵੀ ਚੀਜ਼ ਦੀਆਂ ਵੀਰੋ ਫੋਟੋਆਂ ਮਾ ਪੇਜੋਂ ਰੇਟ ਮਾਰਕੀਟ ਵੈਲਿਊ ਹਿਸਾਬ ਨਾਲ ਅਤੇ ਸਾਰੀ ਡਿਟੇਲ ਜਾਣਕਾਰੀ ਫੋਟੋਆਂ ਮੇਂ ਭੇਜਿਆ ਕਰੋ ਬਾਕੀ ਵੀਰੋ ਜੋ ਚੀਜ਼ਾਂ ਦਾ ਐਡ ਰੇਟ ਦੇ ਵਿੱਚ ਦਿਖਾਇਆ ਜਾਂਦਾ ਉਹ ਫਿਕਸ ਰੇਟ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਰੇਟ ਮੌਕੇ ਤੇ ਘੱਟ ਕੀਤਾ ਜਾਂਦਾ ਹੈ हां जी भाइयो ਹੁਣ ਆਪਾਂ ਗੱਲ ਕਰਦੇ ਆ ਇਹ 8 ਕਿੱਲੇ 4 ਕਨਾਲਾਂ ਜ਼ਮੀਨ ਬਕਾਊ ਆ ਤੇ ਵਿੱਚ ਇੱਕ ਕੋਠੀ ਬਕਾਊ ਆ ਇਹੇ ਬਿਰੋ 8 ਕਿੱਲੇ ਜ਼ਮੀਨ ਐ ਜਿਹਦੇ ਵਿੱਚ ਇੱਕ ਮੋਟਰ ਲੱਗੀ ਹੋਈ ਐ ਪੱਕੀ ਮੋਟਰ ਆ ਆਪ ਦਾ ਕਨੈਕਸ਼ਨ ਐ ਪੱਕਾ ਔਰ ਬਾਕੀ ਬਿਲਕੁਲ ਵਧੀਆ ਜ਼ਮੀਨ ਐ ਝੋਨੇ ਵਾਲਾ ਬਾਣਾ ਵਧੀਆ ਲੋਕੇਸ਼ਨ ਦੇ ਉੱਪਰ ਐ ਮੇਨ ਰੋਡ ਦੇ ਨਜ਼ਦੀਕ ਪੈਂਦੀ ਐ ਔਰ ਬਾਕੀ ਝੋਨੇ ਵਾਲਾ ਬਾਣਾ ਵਧੀਆ ਪਾਣੀ ਸਾਰਾ ਔਰ ਇੱਕ ਕੋਠੀ ਬਕਾਊ ਆ ਇਹਨਾਂ ਵੀਰਾਂ ਕੋਲ ਹੀ ਕੋਠੀ ਦੇ ਵਿੱਚ ਤਿੰਨ ਕਮਰੇ ਨੇ ਇੱਕ ਡਰਾਇੰਗ ਰੂਮ ਔਰ ਇੱਕ ਸੋਈ ਐ ਬਾਥਰੂਮ ਵਗੈਰਾ ਬਾਕੀ ਇੱਕ ਲੱਗ ਤੋਂ ਡਰੈਗ ਰੂਮ ਨਾਲ ਅਟੈਚ ਕੋਠੀ ਦੇ ਨਾਲ ਹੀ ਸਪੈਸ਼ਲ ਬਾਹਰਲੇ ਪਾਸੇ ਬਣਾਇਆ ਹੋਇਆ ਹੈ ਔਰ ਬਾਕੀ ਇੱਕ ਖੁੱਲਾ ਹਾਲ ਹੈ ਵਧੀਆ ਔਰ ਬਾਕੀ ਖੇਤੀવાડી ਵਾਲੇ ਸਾਰੇ ਸੰਦ ਖੜਾਉਣ ਨੂੰ ਪਸ਼ੂਆਂ ਵਗੈਰਾ ਵਾਸਤੇ ਭਰਾਂਡਾ ਬਾਹਰ ਬਣਾਇਆ ਹੋਇਆ ਹੈ ਔਰ ਬਾਕੀ ਮਸ਼ੀਨ ਵਾਲਾ ਟੂੜੀ ਵਾਲਾ ਹਰ ਇੱਕ ਪ੍ਰਕਾਰ ਦਾ ਭਰਾਂਡਾ ਵਿੱਚ ਪੂਰਾ ਵਧੀਆ ਖੁੱਲਾ ਥਾਂ ਹੈ ਔਰ ਕੀਮਤ ਬਾਰੇ ਜੇਕਰ ਆਪਾਂ ਗੱਲ ਕਰੀਏ 25 ਲੱਖ ਰੁਪਏ ਰੇਟ ਰੱਖਿਆ ਵੀਰਾਂ ਨੇ ਕੋਠੀ ਦਾ ਤੇ ਬਾਕੀ ਸਾਰੇ ਸਿਸਟਮ ਦਾ ਵਾਂਗੂ ਜੋ ਬਣਾਇਆ ਹੋਇਆ ਉਹਨਾਂ ਨੇ ਔਰ ਜ਼ਮੀਨ ਦੇ ਰੇਟ ਬਾਰੇ ਜੇਕਰ ਆਪਾਂ ਗੱਲ ਕਰੀਏ 22 ਲੱਖ ਰੁਪਏ ਉਹ ਜਮੀਨ ਦਾ ਰੇਟ ਅਲੱਗ ਹੈ ਔਰ ਕੋਠੀ ਦਾ ਰੇਟ ਅਲੱਗ ਹੈ ਬਾਕੀ ਸਾਰੀ ਵਧੀਆ ਲੋਕੇਸ਼ਨ ਦੇ ਉੱਪਰ ਜਮੀਨਾਂ ਸਾਰੀ ਔਰ ਜੋ ਕੋਠੀ ਹੈ ਉਹ ਸ਼ਹਿਰ ਤੋਂ ਮੰਨ ਲਓ 1.5 ਕਿਲੋਮੀਟਰ ਦੂਰ ਹੈਗੀ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੈ ਕੋਠੀ ਬਾਕੀ ਏਰੀਆ ਬਾਰੇ ਜੇਕਰ ਆਪਾਂ ਗੱਲ ਕਰੀਏ ਬਿਰਾਂ ਦਾ ਏਰੀਆ ਜੋ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਅਲੋਗੋ ਕਲਾ ਪਿੰਡ ਹੈ ਵੀਰਾਂ ਦਾ ਅਲੋਗੋ ਕਲਾ ਔਰ ਬਾਕੀ ਜੋ ਵੀਰਾਂ ਦੇ ਮੋਬਾਈਲ ਨੰਬਰ ਨੇ ਦੋਨੋਂ ਮੋਬਾਈਲ ਨੰਬਰ ਐ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ ਜਿੰਨਾਂ ਤੋਂ ਕਿਸੇ ਵੀ ਨੰਬਰ ਤੋਂ ਇੱਕ ਦੇ ਕੰਟੈਕਟ ਕਰਕੇ ਤੁਸੀਂ ਕੋਠੀ ਨੂੰ ਖਰੀਦਣਾ ਚਾਹਵਾਂ ਕੋਠੀ ਸੰਬੰਧੀ ਜਾਣਕਾਰੀ ਲੈਣੀ ਹੈ ਇਸੇ ਨੰਬਰ ਤੇ ਉਹਨਾਂ ਤੋਂ ਕੰਟੈਕਟ ਕਰਕੇ ਬਾਕੀ ਜਾਣਕਾਰੀ ਲੈ ਸਕਦੇ ਹੋ ਖਰੀਦ ਸਕਦੇ ਹੋ ਦੋਨੋਂ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਔਰ ਬਾਕੀ ਸਾਫ ਵਧੀਆ ਲੋਕੇਸ਼ਨ ਦੇ ਉੱਪਰ ਹੈ ਔਰ ਹਰ ਇੱਕ ਪ੍ਰਕਾਰ ਦੀ ਸਹੂਲਤਾਂ ਬਾਕੀ ਬਿਜਲੀ ਵਗੈਰਾ ਦੀ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਨਿਊ ਹਾਲੈਂਡ 3630 ਪ ਔਰ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਬਾਰੇ ਜੇਕਰ ਆਪਾਂ ਗੱਲ ਕਰੀਏ ਅਗਲੇ ਟਾਇਰ ਟਰੈਕਟਰ ਦੇ ਅੱਧੇ ਨੇ ਸਾਫ ਸੁਥਰੇ ਵਧੀਆ ਬੇਦਾਗ ਟਾਇਰ ਨੇ ਨਾਲ ਦੇ ਟਾਇਰ ਜੋ ਕੰਪਨੀ ਵੱਲੋਂ ਆਇਆ ਹੈ ਮਾਗਰਲੇ ਟਾਇਰ ਚੇਂਜ ਕੀਤੇ ਹੋਏ ਨੇ ਬਿਲਕੁਲ ਨਵੇਂ ਟਾਇਰ ਨੇ ਨਿਊ ਟਾਇਰ ਨੇ 16 9 28 ਦੇ ਟਾਇਰ ਨੇਗੇ ਔਰ ਬਾਕੀ ਰੰਗ ਪੇਂਟ ਬਾਰੇ ਜੇਕਰ ਗੱਲ ਕਰੀਏ ਰੰਗ ਪੇਂਟ ਵਗੈਰਾ ਨਾਲ ਦਾ ਟਰੈਕਟਰ ਦਾ ਸਾਰਾ ਆਲ オリジナル ਹੈ ਟਰੈਕਟਰ ਸਾਰਾ ਪਾਰਟਸ ਵਗੈਰਾ ਨਾਲ ਦੇ ਨੇ ਟਰੈਕਟਰ ਦੇ ਕਲਰ ਵਗੈਰਾ ਨਾਲ ਦਾ ਏਜੰਸੀ ਵਾਲਾ ਔਰ ਬਾਕੀ ਸਾਫ ਵਧੀਆ ਕੰਡੀਸ਼ਨ ਦੇ ਵਿੱਚ ਹੈ ਏ ਕਲਾਸ ਕੰਡੀਸ਼ਨ ਦੇ ਟਰੈਕਟਰ ਪ ਰਿਵਰਸ ਪੀਡੀਓ ਤੇਲ ਵਾਲੀਆਂ ਬ੍ਰੇਕਾਂ ਨੇ ਸਾਈਡ ਗিয়ার ਦੇ ਨਾਲ ਟਰੈਕਟਰ ਔਰ ਰਾਜਸਥਾਨ ਨੰਬਰ ਟਰੈਕਟਰ ਰਾਜਸਥਾਨ ਦਾ ਨੰਬਰ ਹੈ ਪੇਪਰ ਕੰਪਲੀਟ ਮਿਲਣਗੇ ਟਰੈਕਟਰ ਦੇ ਮੌਕੇ ਤੇ ਤੁਹਾਨੂੰ ਪੂਰੇ ਔਰ ਜੇਕਰ ਤੁਸੀਂ ਪੰਜਾਬ ਨੰਬਰ ਕਰਵਾ ਕੇ ਲੈਣਾ ਤਾਂ ਪੰਜਾਬ ਨੰਬਰ ਵੀ ਕਰਵਾ ਕੇ ਦਿੱਤਾ ਜਾਊਗਾ ਟਰੈਕਟਰ ਐ ਐਕਸਟਰਾ ਬੰਪਰ ਛਤਰੀ ਨਾਲ ਹੀ ਟਰੈਕਟਰ ਦੀ ਵੀਰੋ ਟਰੈਕਟਰ ਨੂੰ ਖਰੀਦਣ ਸਮੇਂ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਦੇ ਮਾਲਕ ਵੀਰ ਵੱਲੋਂ ਫੁੱਲ ਗਾਰੰਟੀ ਦਿੱਤੀ ਗਈ ਹੈ ਟਰੈਕਟਰ ਦੀ ਕਿਸੇ ਪ੍ਰਕਾਰ ਦੀ ਟਰੈਕਟਰ ਚ ਕੋਈ ਪ੍ਰੋਬਲਮ ਨਹੀਂ ਆਊਗੀ ਕਿਸੇ ਪ੍ਰਕਾਰ ਦੀ ਕੋਈ ਲੀਕਿੰਗ ਨਹੀਂ ਡੈਮੇਜ ਨਹੀਂ ਟੁੱਟ ਪੱਜ ਨਹੀਂ ਇੱਕਦਮ ਸਾਫ਼ ਸੁਥਰੀ ਵਧੀਆ ਕੰਡੀਸ਼ਨ ਦਾ ਟਰੈਕਟਰ ਬਾਡੀ ਚ ਛੀ ਲੈਂਕਾਂ ਦਾ ਓਕੇ ਟਰੈਕਟਰ ਹੈ ਔਰ ਰੇਟ ਵਾਰ ਜੇਕਰ ਆਪਾਂ ਗੱਲ ਕਰੀਏ ਕੀਮਤ ਰੱਖਿਆ ਟਰੈਕਟਰ ਦੀ ਬਰਾਣੇ 415000 ਰੁਪਏ ਰੇਟ ਰੱਖਿਆ ਬਰਾਣੇ ਟਰੈਕਟਰ ਦਾ ਬਰਾਣ ਦਾ ਏਰੀਆ ਜੋ ਪਠੰਡਾ ਏਰੀਆ ਉਹਨਾਂ ਦਾ ਔਰ ਬਾਕੀ ਜੋ ਬਰਾਣ ਦਾ ਮੋਬਾਈਲ ਨੰਬਰ ਹੈ ਉਹ ਐਸ ਸਮੇ ਸਕਰੀਨ ਦੇ ਨੀਚੇ ਸ਼ੋਰ ਹੈ ਜਿਸ ਨੂੰ ਨੋਟ ਕਰਕੇ ਵਿਰੋਨਾ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਬਾਰੇ ਬਾਕੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਵੀਰੋ ਆਪਣੀ ਐਡ ਦੇ ਜਰੀਏ ਜੇ ਤੁਸੀਂ ਕੋਈ ਵੀ ਸਾਧਨ ਖਰੀਦਦੇ ਹੋ ਤਾਂ ਉਸਦੇ ਕਾਗਜ਼ ਪੱਤਰ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਿਆ ਕਰੋ ਤਾਂਕਿ ਬਾਅਦ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਇਸ ਕਰਕੇ ਤੁਸੀਂ ਮੌਕੇ ਤੇ ਹਰ ਇੱਕ ਸਾਧਨ ਦੇ ਕਾਗਜ਼ ਪੱਤਰ ਜ਼ਰੂਰ ਚੈੱਕ ਕਰ ਲਿਆ ਕਰੋ ਹਰ ਇੱਕ ਸਾਧਨ ਦੇ ਟਰੈਕਟਰ ਵਗੈਰਾ ਕੋਈ ਗੱਡੀ ਹੈ ਹਰੇਕ ਦੇ ਕਾਗਜ਼ ਪੱਤਰ ਜ਼ਰੂਰ ਚੈੱਕ ਕਰ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਸਵਰਾਜ 855 ਬਾਰੇ ਇਹ ਟਰੈਕਟਰ ਵੀਰੋ ਸਵਰਾਜ 855 1998 ਮਾਡਲ ਟਰੈਕਟਰ ਹੈ ਇਹ ਔਰ ਸਾਫ ਸੁਥਰੀ ਵਧੀਆ ਕੰਡੀਸ਼ਨ ਦੇ ਚੱਲ ਟਰੈਕਟਰ ਹੈ ਵੀਰੋ ਇੰਜਨ ਗੇਅਰ ਪੰਪ ਦਾ ਟਰੈਕਟਰ ਬਿਲਕੁਲ ਓਕੇ ਹੈ ਬਰਾਬਰ ਵੱਲੋਂ ਫੁੱਲ ਗਾਰੰਟੀ ਦਿੱਤੀ ਗਈ ਹੈ ਸਾਰਾ ਕੰਮ ਓਕੇ ਹੈ ਇੰਜਨ ਗੇਅਰ ਪੰਪ ਦਾ ਕਿਸੇ ਪ੍ਰਕਾਰ ਦੀ ਟਰੈਕਟਰ ਦੇ ਵਿੱਚ ਕੋਈ ਲੀਕਿੰਗ ਸੀ ਕਿ ਨਹੀਂ ਡੈਮੇਜ ਟੁੱਟ ਭੱਜ ਨਹੀਂ ਇਕਦਮ ਸਾਫ ਵਧੀਆ ਕੰਡੀਸ਼ਨ ਦੇ ਵਿੱਚ ਹੈ ਔਰ ਦੂਜੇ ਨਾ ਹਲ ਤੱਕ ਟਰੈਕਟਰ ਵੀਰੋ ਔਰ ਪੰਜਾਬ ਨੰਬਰ ਹੈ ਟਰੈਕਟਰ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਪੇਪਰ ਕੰਪਲੀਟ ਮਿਲਣਗੇ ਮੌਕੇ ਦੇ ਸਾਨੂੰ ਟਰੈਕਟਰ ਦੇ ਔਰ ਦੂਜੇ ਨਾਂ ਹਾਲ ਤੱਕ ਨਾਂ ਕਰਵਾ ਸਕਦੇ ਹੋ ਟਰੈਕਟਰ ਨੂੰ ਤੁਸੀਂ 2021 ਤੱਕ ਦੀ ਪਾਸਿੰਗ ਹੈ ਟਰੈਕਟਰ ਦੀ 2021 ਤੱਕ ਦੀ ਪਾਸਿੰਗ ਹੋਈ ਹੈ ਨਾਂ ਕਰਵਾ ਸਕਦੇ ਹੋ ਟਰੈਕਟਰ ਨੂੰ ਤੁਸੀਂ ਔਰ ਬਾਕੀ ਐਕਸਟਰਾ ਬੰਪਰ ਛਤਰੀ ਅਗਲੇ ਮਗਰਿਆਟ ਨਾਲ ਹੀ ਮਿਲਣਗੇ ਟਰੈਕਟਰ ਦੇ ਕਿਸੇ ਪ੍ਰਕਾਰ ਦੀ ਕੋਈ ਲੀਕਿੰਗ ਨਹੀਂ ਡੈਮੇਜ ਟੁੱਟਪੱਜ ਨਹੀਂ ਮਗਰਿਆਟ ਰਿੰਗ ਸਾਰਾ ਬਿਲਕੁਲ ਓਕੇ ਪਿਆ ਟਰੈਕਟਰ ਦਾ ਸਾਰਾ ਸਾਫ਼ ਕੰਡੀਸ਼ਨ ਦਾ ਹੈ ਟਰੈਕਟਰ ਔਰ ਟਾਇਰਾਂ ਦੀ ਕੰਡੀਸ਼ਨ ਬਾਰੇ ਗੱਲ ਕਰੀਏ ਟਾਇਰ ਸਾਫ਼ ਸੁਥਰੇ ਵਧੀਆ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਪਏ ਨੇ ਵਧੀਆ ਟਾਇਰ ਪਏ ਨੇ ਬੇਦਾਗ ਸਾਫ਼ ਸੁਥਰੇ ਪੱਕੇ ਟਾਇਰ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਟਾਟਾ ਇੰਡਿਕੋ ਗੱਡੀ ਬਾਰੇ ਇਹ ਗੱਡੀ ਵੀਰੋ 2010 ਮਾਡਲ ਗੱਡੀ ਹੈ ਇਹ ਔਰ ਗੱਡੀ ਦੇ ਟਾਇਰਾਂ ਦੀ ਕੰਡੀਸ਼ਨ ਬਾਰੇ ਜੇਕਰ ਆਪਾਂ ਗੱਲ ਕਰੀਏ 70 ਪੈਸੇ ਟਾਇਰ ਨੇ ਗੱਡੀ ਦੇ ਸਾਫ਼ ਸੁਥਰੇ ਵਧੀਆ ਬੇਦਾਗ ਟਾਇਰ ਨੇ 70 75 ਪੈਸੇ ਸਾਰੀ ਸਾਫ਼ ਵਧੀਆ ਕੰਡੀਸ਼ਨ ਦੇ ਵਿੱਚ ਹੈ ਗੱਡੀ ਵੀਰੋ ਔਰ ਕਲਰ ਵਗੈਰਾ ਦੀ ਗੱਲ ਕਰੀਏ ਰੰਗ ਪੇਂਟ ਦੀ ਬਾਰੇ ਗੱਡੀ ਦੇ ਮੜੀ-ਮੋਟੀ ਟੱਚਿੰਗ ਵਗੈਰਾ ਹੋਈ ਹੈ ਗੱਡੀ ਦਾ ਬਾਕੀ ਕਲਰ ਵਗੈਰਾ ਸਾਫ਼ ਪਿਆਗਾ ਟੱਚਿੰਗ ਵਗੈਰਾ ਹੋਈ ਹੈ ਮੜੀ-ਮੋਟੀ ਬਾਕੀ ਏਸੀ ਹੀਟਰ ਸੀਟ ਕਵਰ ਮੈਟਿੰਗ ਵਗੈਰਾ ਸਾਰੇ ਸਾਫ਼ ਕੰਡੀਸ਼ਨ ਦੇ ਵਿੱਚ ਨੇ ਅੰਦਰੋਂ ਪੂਰੀ ਸਾਫ਼ ਕੰਡੀਸ਼ਨ ਦੇ ਵਿੱਚ ਪਈ ਹੈ ਡੈਸ਼ਬੋਰਡ ਵਗੈਰਾ ਸਾਫ਼ਾ ਕੋਈ ਸਕਰੈਚਸ ਵਗੈਰਾ ਨਹੀਂ ਸੀਟ ਕਵਰ ਵਗੈਰਾ ਵੀ ਸਾਫ਼ ਪਿਆ ਨੇ ਗੱਡੀ ਤੇ ਔਰ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਗੱਡੀ ਗੱਡੀ ਨੂੰ ਖਰੀਦਣਾਂ ਸਮੇਂ ਚਲਾ ਕੇ ਟੈਸਟ ਡਰਾਈਵ ਲੈ ਕੇ ਗੱਡੀ ਨੂੰ ਖਰੀਦ ਸਕਦੇ ਹੋ ਗੱਡੀ ਦੇ ਮਾਲਕੇਵਾਂ ਵੱਲੋਂ ਫੁੱਲ ਗਾਰੰਟੀ ਦਿੱਤੀ ਗਈ ਹੈ ਬਾਕੀ ਅੰਦਰੋਂ ਕੰਡੀਸ਼ਨ ਵਗੈਰਾ ਸਾਰੀ ਸਕਰੀਨ ਤੇ ਬਾਕੀ ਸਰਵਿਸ ਹੋਈ ਹੈ ਗੱਡੀ ਦੀ ਵੀਰੋ ਔਰ ਦਿੱਲੀ ਨੰਬਰ ਹੈ ਗੱਡੀ ਪੀਪਰ ਵਗੈਰਾ ਮਿਲ ਜਾਣਗੇ ਮੌਕੇ ਤੇ ਗੱਡੀ ਦੇ ਤੁਹਾਨੂੰ ਪਾਵਰ ਸਟੀering ਹੈ ਗੱਡੀ ਵੀਰੋ ਪਾਵਰ ਵਿੰਡੋ ਨੇ ਗੱਡੀ ਦੀਆਂ ਔਰ ਬਾਕੀ ਟਰਬੋ ਇੰਜਨ ਹੈ ਗੱਡੀ ਦੇ ਵਿੱਚ ਇਕਦਮ ਸਾਫ ਸੁਥਰੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਕੋਈ ਲੀਕਿੰਗ ਸ਼ੀਗ ਵਗੈਰਾ ਨਹੀਂ ਵੀਰਾਂ ਵੱਲੋਂ ਫੁੱਲ ਗਾਰੰਟੀ ਦਿੱਤੀ ਗਈ ਹੈ ਗੱਡੀ ਦੀ ਗੱਡੀ ਨੂੰ ਤੁਸੀਂ ਸਾਰ ਪਾਸੇ ਚੈੱਕ ਕਰਕੇ ਚਲਾ ਕੇ ਟੈਸਟ ਡਰਾਈਵ ਲੈ ਕੇ ਵੀ ਖਰੀਦ ਸਕਦੇ ਹੋ ਔਰ ਬਾਕੀ ਰੇਟ ਬਾਰੇ ਜੇਕਰ ਆਪਾਂ ਗੱਲ ਕਰੀਏ ਗੱਡੀ ਦਾ ਰੇਟ ਰੱਖਿਆ ਵੀਰਾਂ ਨੇ 90000 ਰੁਪਏ ਰੇਟ ਰੱਖਿਆ ਵੀਰਾਂ ਨੇ ਗੱਡੀ ਦਾ ਵੀਰਾਂ ਦਾ ਏਰੀਆ ਜੋ ਮੁਕਦੀ ਪਿੰਡ ਹੈ ਵੀਰਾਂ ਦਾ ਜੋ ਕਿ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈ ਔਰ ਬਾਕੀ ਜੋ ਬਰੰਦਾ ਮੋਬਾਈਲ ਨੰਬਰ ਹੈ ਉਹ ਐਸ ਸਮੇਂ ਸਕਰੀਨ ਦੇ ਨੀਚੇ ਸ਼ੋਅ ਹੋ ਰਿਹਾ ਜਿੱਥੋਂ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਗੱਡੀ ਨੂੰ ਖਰੀਦ ਸਕਦੇ ਹੋ ਹਾਂਜੀ ਵੀਰੋ ਜੇਕਰ ਤੁਸੀਂ ਕੋਈ ਵੀ ਗੱਡੀ ਖਰੀਦਣਾ ਚਾਹ ਰਹੇ ਹੋ ਤਾਂ ਆਪਣੇ ਦੂਸਰੇ ਚੈਨਲ ਕਾਰ ਮਾਰਕੀਟ ਦਾ ਲਿੰਕ ਜੋ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਟਾਈਟਲ ਤੇ ਕਲਿੱਕ ਕਰਕੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਹ ਲਿੰਕ ਤੇ ਜਾ ਕੇ ਤੁਸੀਂ ਉਹ ਕਾਰ ਮਾਰਕੀਟ YouTube ਚੈਨਲ ਨੂੰ ਦੇਖ ਸਕਦੇ ਹੋ ਉੱਤੇ ਅੱਜ ਦੀ ਸਾਡੀ ਨਵੀਂ ਵੀਡੀਓ ਕਾਰਾਂ ਦੀ ਆ ਚੁੱਕੀ ਹੈ ਉਸ ਤੋਂ ਤੁਸੀਂ ਕੋਈ ਵੀ ਕਾਰ ਦੇਖ ਕੇ ਖਰੀਦ ਸਕਦੇ ਹੋ ਬਾਕੀ ਜੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਕਾਰਾਂ ਦੀ ਵੀਡੀਓ ਤੁਹਾਡੇ ਲੈ ਕੇ ਆਈ ਤੁਹਾਡੇ ਤੱਕ ਪਹੁੰਚਦੀ ਰਹੇ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ 2017 ਮਾਡਲ ਹੜੰਬੇ ਬਰੇ ਇਹ 2017 ਮਾਡਲ ਹੜੰ 32 ਇੰਚੀ ਹੜੰਬਾ ਇਹ ਦੋ ਪੱਖਿਆਂ ਵਾਲਾ ਹੜੰਬਾ ਬਰੋ ਸਾਰਾ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਹੜੰਬਾ ਬਰੋ ਰਿਪੇਅਰ ਵਗੈਰਾ ਸਾਰੀ A to Z ਹੋਈ ਆ ਹੜੰਬੇ ਦੀ ਜਾਲ ਵਗੈਰਾ ਦੀ ਰਿਪੇਅਰ ਓਕੇ ਸਾਰੀ ਔਰ ਦੋ ਪੱਖਿਆਂ ਵਾਲਾ ਬਾਕੀ ਦਾਣੇ ਉੱਪਰ ਟਰਾਲੀ 'ਚ ਪਾਉਣ ਵਾਸਤੇ ਦੂਜਾ ਪੱਖਾ ਲੱਗਿਆ ਹੋਇਆ ਸਾਈਡ ਤੇ ਨਾਲ ਕ੍ਰਾਸ ਵਗੈਰਾ ਬਾਕੀ ਗੀਅਰ ਗੁਰੂ ਵਗੈਰਾ ਸਾਰੇ ਓਕੇ ਨੇ ਟਾਇਰ ਵਗੈਰਾ ਸਾਫ਼ ਵਧੀਆ ਸਾਫ਼ ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਪਏ ਨੇ ਹੜੰਬੇ ਦੇ ਔਰ ਬਾਕੀ ਕਿਸੇ ਪ੍ਰਕਾਰ ਦੀ ਵੀ ਹੜੰਬੇ ਵਿੱਚ ਕੋਈ ਟੁੱਟਪੱਜ ਵਗੈਰਾ ਨਹੀਂ ਕੋਈ ਡੈਮੇਜ ਵਗੈਰਾ ਨਹੀਂ ਹੈਗੀ ਸਾਰਾ ਸਾਫ਼ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੜੰਬਾ ਵੀਰੋ ਹੜੰਬੇ ਦੀ ਆਪਾਂ ਕੀਮਤ ਬਾਰੇ ਜੇਕਰ ਗੱਲ ਕਰੀਏ 70000 ਰੁਪਏ ਦੀ ਕੀਮਤ ਰੱਖੀ ਹੈ ਵੀਰਾਂ ਨੇ ਹੜੰਬੇ ਦੀ ਔਰ ਬਰਾਂਦਾ ਏਰੀਆ ਜੋ ਜੈਨਤੀ ਮਾਜਰੀ ਜੋ ਕਿ ਮੁਹਾਲੀ ਦੇ ਵਿੱਚ ਪੈਂਦਾ ਹੈ ਔਰ ਬਾਕੀ ਜੋ ਵੀਰਾਂ ਦਾ ਮੋਬਾਈਲ ਨੰਬਰ ਹੈ ਉਹ ਆ ਸਮੇਂ ਸਕਰੀਨ ਦੇ ਨੀਚੇ ਸ਼ੋਅ ਹੋ ਰਿਹਾ ਜੇ ਤੁਹਾਨੂੰ ਨੋਟ ਕਰਕੇ ਫਿਰ ਇਹਨਾਂ ਕੰਟੈਕਟ ਕਰਕੇ ਤੁਸੀਂ ਇਹ ਹੜੰਬੇ ਨੂੰ ਖਰੀਦ ਸਕਦੇ ਹੋ ਹੜੰਬੇ ਸੰਬੰਧੀ ਹੋਰ ਜਾਣਕਾਰੀ ਲੈਣੀ ਹੋਵੇ ਕੋਈ ਇਸੇ ਨੰਬਰ ਤੇ ਕੰਟੈਕਟ ਕਰਕੇ ਵੀਰਾਂ ਤੋਂ ਹੜੰਬੇ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਵੀਰੋ ਹੁਣ ਆਪਾਂ ਗੱਲ ਕਰ ਰਹੇ 2014 ਮਾਡਲ ਕੰਪੈਨਡ ਬਕਾਊ ਆ ਵੀਰੋ ਟਰੈਕਟਰ ਵਾਲੀ ਕੰਪੈਨਡ ਬਕਾਊ ਆ 2014 ਮਾਡਲ ਕੰਪੈਨ ਦੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਆਪਾਂ ਅੱਧੇ ਗੇ ਟਾਇਰ ਨੇ ਕੰਪੈਨ ਦੇ ਚਾਰੇ ਸਾਫ਼ ਸੁਥਰੇ ਵਧੀਆ ਬੇਦਾਗ ਟਾਇਰ ਨੇ ਨਾਲ ਦੇ ਟਾਇਰ ਜੋ ਕੰਪਨੀ ਵੱਲੋਂ ਨਾਲ ਆਇਆ ਮਸ਼ੀਨ ਦੇ ਔਰ ਕਾਟਰ ਦੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 70 ਪੈਸੇ ਟਾਇਰ ਪਏ ਨੇ ਕਾਟ ਦੇ ਨਾਲ ਦੇ ਟਾਇਰ ਨੇ ਔਰ ਸਾਰੀ ਸਾਫ਼ ਕੰਡੀਸ਼ਨ ਦੇ ਵਿੱਚ ਹੈ ਕੰਪੈਨ ਬਿਰੋ ਰਿਪੇਅਰ ਵਗੈਰਾ ਸਾਰੀ A to Z ਹੋਈ ਹੈ ਔਰ 66 ਇੰਚੀ ਮਸ਼ੀਨ ਹੈ ਬਿਰੋ ਇਹ ਔਰ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਮੌਕੇ ਚੱਲ ਰਹੀ ਹੈ ਸਾਫ਼ ਵਧੀਆ ਕੰਡੀਸ਼ਨ ਦੇ ਵਿੱਚ ਪਈ ਹੈ ਔਰ ਕੋਈ ਪ੍ਰੋਬਲਮ ਵਗੈਰਾ ਨਹੀਂ ਕੋਈ ਟੁੱਟਪੱਜ ਡੈਮੇਜ ਵਗੈਰਾ ਨਹੀਂ ਮਸ਼ੀਨ ਦੇ ਵਿੱਚ ਬਿਰਾਂ ਵੱਲੋਂ ਫੁੱਲ ਗਾਰੰਟੀ ਹੈ ਮਸ਼ੀਨ ਦੀ ਰਿਪੇਅਰ ਵਗੈਰਾ ਹੋਈ ਹੈ ਸਾਰੀ ਔਰ ਰੇਟ ਬਾਰੇ ਜੇਕਰ ਗੱਲ ਕਰੀਏ 320000 ਰੁਪਿਆ ਰੇਟ ਰੱਖਿਆ ਵੀਰਾਂ ਨੇ ਮਸ਼ੀਨ ਦਾ ਵੀਰਾਂ ਦਾ ਏਰੀਆ ਮਾਨਸਾ ਦੇ ਵਿੱਚ ਸਰਦੂਲਗੜ ਏਰੀਆ ਉਹਨਾਂ ਦਾ ਔਰ ਵੀਰਾਂ ਦਾ ਮੋਬਾਈਲ ਨੰਬਰ ਹੈ ਜੋ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋਅਰ ਹੈ ਜੇ ਤੁਹਾਨੂੰ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਕੰਪਾਈਨ ਨੂੰ ਖਰੀਦ ਸਕਦੇ ਹੋ ਸੁਨਾਮ ਦੀ ਮਸ਼ੀਨ ਵੀਰੋਂ ਇਹ ਬਣੀ ਹੋਈ ਹੈ ਹਾਂਜੀ ਧੰਨਵਾਦ ਵੀਰੋ ਆਪਣੀ ਵੀਡੀਓ ਨੂੰ ਪੂਰਾ ਦੇਖਣ ਲਈ ਔਰ ਜਿੰਨਾ ਵੀਰਾਂ ਨੇ ਹਾਲ ਤੱਕ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਵੀਡੀਓ ਦੇ ਨੀਚੇ ਲਾ ਰਹੇ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਹੈ ਉਸ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਪਣੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਔਰ ਜਿੰਨਾ ਵੀਰਾਂ ਨੇ ਹਾਲ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਬੇਨਤੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀਰ ਇਹਨਾਂ ਚ ਕੋਈ ਸਾਧਨ ਖਰੀਦਣਾ ਚਾਹੁੰਦਾ ਆਪਣੀ ਐਡ ਦੇ ਜਰੀਏ ਆਸਾਨੀ ਦੇ ਨਾਲ ਖਰੀਦ ਸਕੇ ਜੇਕਰ ਤੁਹਾਨੂੰ